डीएपी नूं लैके पंजाब विच लगातार हाहाकार मची हुई है। इसकी ताज़ा मिसाल देखने को मिली है जदों कोटकपुरा मालगड्डी राही पहुंचे डीएपी खाद के रैंक नूं किसानां ने घेर लिया और स्टेशन से ही किसानां ने खाद नूं सप्लाई करन दी मंग ते अड़े रहे, जिस नूं लैके काफ़ी हल्लागुला भी होण लगा, जिस करके पुलिस नूं अपना दखल देना पिया। काफ़ी जदोजहद तो बाद खेतीबाड़ी विभाग के अधिकारियों वालों किसानों को समझाया कि पहला यह सप्लाई सुसायटी जाएगी, इस तो बाद कायदे नाल किसानों इसकी वंड की जाएगी, पर इसते भी किसानों वालों संतुष्टि जाहिर नहीं की गई। इस मौके पर वख-वख किसानों का कहना है कि वह कई दिनों तो गेड़े मार रहे हैं, पर डीएपी की कमी कारण उन्होंने काफ़ी मुश्किलों का सामना करना पै रहा है, ब्लैक में खरीदना पै रहा है जो कि ठीक नहीं है क्योंकि किसान तो पहला ही बर्बाद हो चुका है। ਬਾਈ ਜੀ ਜਨਪ੍ਰੀਤ ਸਿੰਘ ਹੈ। ਇਹ ਕੀ ਮਸਲਾ ਕੀ ਹੈ? ਮਸਲਾ ਇਹ ਹੈ ਬਾਈ ਜੀ, ਡੀਏਪੀ ਨਹੀਂ ਕਿਸਾਨਾਂ ਨੂੰ ਮਿਲ ਰਹੀ, ਬਹੁਤ ਦਿਨਾਂ ਦੇ ਖੱਜਲ ਖੁਆਰ ਹੋ ਰਹੇ ਆ ਤੇ ਹੁਣ ਸਾਰੇ ਕਿਸਾਨ ਇੱਥੇ ਇਕੱਠੇ ਤਾਂ ਹੋਏ ਆ ਕਿ ਸਾਨੂੰ ਪਹਿਲਾਂ ਵੀ ਯੂਰੀਆ ਇਸੇ ਸਟੇਸ਼ਨ ਤੋਂ ਮਿਲ ਜਾਂਦੀ ਹੈ ਤੇ ਹੁਣ ਕਿਸਾਨਾਂ ਦੀ ਇਹੀ ਇੱਛਾ ਕਿ 1200 ਰੁਪਏ ਦੇ ਹਿਸਾਬ ਨਾਲ ਜਿਹੜੀ ਸਾਨੂੰ ਡੀਏਪੀ ਮਿਲਦੀ ਹੈ ਉਹ ਸਾਨੂੰ ਇੱਥੇ ਆਧਾਰ ਕਾਰਡ ਦੇ ਹਿਸਾਬ ਨਾਲ 5-5 ਬੋਰੀ ਕਹਿੰਦੇ ਨੇ ਕਿਹਾ ਸਾਨੂੰ ਕਿਸਾਨਾਂ ਨੂੰ ਦੇਣ ਨੂੰ ਇੱਥੋਂ ਚੁਕਾ ਦੇਣ। ਨਹੀਂ ਹੁਣ ਤੁਸੀਂ ਮੰਗ ਕਰਦੇ ਹੋ ਵੀ ਇੱਥੇ ਰੇਲਵੇ ਜਿਹੜਾ ਇੱਥੇ ਰੈਕ ਉਤਰਿਆ, ਰੇਲਵੇ ਹਾਂ ਜਿਹੜਾ ਇੱਥੇ ਰੈਕ ਹੈ ਅੱਗੇ ਸਾਨੂੰ ਇੱਥੇ ਯੂਰੀਆ ਚੁਕਾਉਂਦੇ ਆ ਇਹ, ਸਾਡੀ ਹੁਣ ਇਹੀ ਇੱਛਾ ਕਿ ਇੱਥੋਂ ਡੀਏਪੀ ਚੁਕਾ ਦੇਣ ਸਾਰੇ ਕਿਸਾਨਾਂ ਨੂੰ। ਜਿੱਦਾਂ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਰੇਲਵੇ ਦੀ ਜਿਹੜੀ ਹਦੂਦ ਹੈ ਇਹ ਉਹਦੇ ਵਿੱਚ ਅਸੀਂ ਯੂਰੀਆ ਜਾਂ ਕੋਈ ਵੀ ਵੰਡ ਨਹੀਂ ਕਰਦੇ ਹਾਂ ਤੇ ਸਾਨੂੰ ਇਸ ਗੱਲ ਦਾ ਨਹੀਂ ਪਤਾ ਜੀ, ਇਹ ਹਦੂਦ ਮੈਨੂੰ ਵਾਕਈ ਪਤਾ ਵੀ ਰੇਲਵੇ ਦੀ ਹੈ ਪਰ ਸਾਨੂੰ ਆਲਰੇਡੀ ਇਥੋਂ ਕਈ ਵਾਰ ਇਥੋਂ ਡੀਏਪੀ ਜਾਂ ਯੂਰੀਆ ਇਥੋਂ ਚੁਕਾਈ ਗਈ ਹੈ ਤੇ ਤਾਂ ਉਹ ਕਿਸਾਨ ਇੱਥੇ ਇਕੱਠੇ ਹੋਏ ਆ। ਜੇ ਸਾਨੂੰ ਦੁਕਾਨਾਂ ਤੋਂ ਮਿਲਦੀ ਹੁੰਦੀ ਤਾਂ ਅੱਗੇ ਇਦੋਂ ਪਹਿਲਾਂ ਤੇ ਦੁਕਾਨਾਂ ਤੇ ਗੇੜੇ ਮਾਰਦੇ ਨੂੰ ਬਹੁਤ ਦਿਨ ਹੋ ਗਏ, ਕਿਸਾਨ ਇੰਨੇ ਵੇਟ ਕਰ ਰਹੇ 300-400 ਕਿਸਾਨ ਇੱਥੇ ਇਕੱਠਾ ਹੋਇਆ ਤਾਂ ਹੀ ਹੋਇਆ ਨਾ ਜੀ ਵੀ ਸਾਨੂੰ ਡੀਏਪੀ ਇੱਥੋਂ ਮਿਲ ਜੇ ਕਿਉਂਕਿ ਆਲਰੇਡੀ ਸਾਨੂੰ ਪਹਿਲਾਂ ਇੱਥੋਂ ਮਿਲਦੀ ਰਹੀ ਹੈ ਡੀਏਪੀ, ਯੂਰੀਆ ਇੱਥੋਂ ਅਸੀਂ ਲੈ ਕੇ ਜਾਂਦੇ ਰਹੇ ਹਾਂ। ਤੇ ਯੂਰੀਆ ਦੇ ਨਾਲ ਤੁਹਾਨੂੰ ਹੋਰ ਵੀ ਕੋਈ ਪ੍ਰੋਡਕਟ ਦੇ ਰਹੇ ਆ ਜਿਹੜੀ ਸਾਨੂੰ ਸੁਣਨ ਚ ਆ ਰਹੀ ਹੈ? ਜੇ ਦੁਕਾਨ ਤੋਂ ਅਸੀਂ ਲੈਣੇ ਆ ਤਾਂ ਸਾਨੂੰ ਕੱਲਾ ਇਹੀ ਨਹੀਂ, ਨਾਲ ਜਿਹੜੀ ਸਾਨੂੰ ਲੋੜਵੰਦ ਨਹੀਂ ਚੀਜ਼ ਹੁੰਦੀ ਸਾਨੂੰ ਉਹ ਵੀ ਲੈਣੀ ਪੈਂਦੀ ਹੈ, ਜਿਵੇਂ ਸਲਫਰ ਵਗੈਰਾ ਇਹ ਜੋ ਵੀ, ਹਾਂ ਜਿਹੜੀ ਚੀਜ਼ ਸਾਡੀ ਡਿਮਾਂਡ ਵੀ ਨਹੀਂ ਹੁੰਦੀ ਸਾਨੂੰ ਲੈਣੀ ਪੈਂਦੀ ਹੈ, ਮਜਬੂਰੀ ਹੁੰਦੀ ਕਿਸਾਨ ਦੀ। ਹੁਣ ਸਾਡੇ ਤਾਂ ਇੱਥੇ ਸਾਨੂੰ ਡੀਏਪੀ ਇੱਥੇ 1200 ਰੁਪਏ ਦੇ ਹਿਸਾਬ ਨਾਲ ਜੋ ਵੀ ਰੇਟ ਹੈ ਜੇ ਕੋਈ ਤੁਹਾਡੇ ਕੋਲ ਉੱਪਰ ਉਹ ਵੀ ਲੈਣ ਤੇ ਸਾਨੂੰ ਆਧਾਰ ਕਾਰਡ ਦੇ 5 ਬੋਰੀਆਂ ਡੀਏਪੀ ਦੇ ਕੇ ਕਿਸਾਨਾਂ ਨੂੰ ਫ੍ਰੀ ਕਰ ਦੇਣ। ਠੀਕ ਤੁਹਾਡਾ ਜਸਵੀਰ ਸਿੰਘ ਹੈ ਜੀ। ਹਾਂ ਇਹ ਸਾਰਾ ਮਸਲਾ ਕੀ ਹੈ ਜੀ, ਤੁਸੀਂ ਥੋੜੀ ਜਾਣਕਾਰੀ ਦਿਓਗੇ ਸਾਨੂੰ? ਮਸਲਾ ਹੈਗਾ ਜੀ ਰੇ ਦੀ ਘਾਟ ਕਰਕੇ ਹੈ, ਕਣਕ ਦੀ ਬਿਜਾਈ 10 ਨਵੰਬਰ ਤੋਂ 1 ਨਵੰਬਰ ਤੋਂ ਲੈ ਕੇ 10 ਤਾਈਂ ਬਿਜਾਈ ਹੈ, ਗੇਤੀ ਕਿਸਮਾਂ ਹੈ ਜਿਹੜੀਆਂ ਉਹਨਾਂ ਨੂੰ ਉਹ ਥੱਲੇ ਰੇ ਪਾਈ ਤੋਂ ਬਗੈਰ ਉਹ ਕੁੰਗਰਦੀ ਨਹੀਂ ਗਈ ਅਤੇ ਰੇ ਚਾਹੀਦੀ ਹੈ, ਰੇ ਨਾ ਹੋਣ ਕਰਕੇ ਅਤੇ ਜ਼ਿਮੀਂਦਾਰ ਸਾਰਾ ਉਹ ਵਿਚਾਰਾ ਤੰਗ ਹੈ, ਉਹ ਤਾਂ ਕਰਕੇ ਇੱਥੇ ਇਕੱਠੇ ਹੋਏ। ਹੁਣ ਤੁਹਾਨੂੰ ਇੱਥੇ ਪਰੇਸ਼ਾਨੀ ਕੀ ਆ ਰਹੀ ਹੈ? ਪਰੇਸ਼ਾਨੀ ਇੱਥੇ ਹੈਗੀ ਹੈ ਜੀ, ਇਹ ਜਿਹੜੀ ਰੇ ਹੈ ਕਹਿੰਦੇ ਵੀ ਕੁਛ ਤਾਂ ਫਰੀਕੋਟ ਨੂੰ ਜਾ ਵੜਨੀ ਹੈ, ਕੁਛ ਸਾਈਟੀਆਂ 'ਚ ਜਾ ਵੜਨੀ ਹੈ, ਕੁਛ ਡਿਸਟ੍ਰੀਬਿਊਟਰ ਨੂੰ ਜਾਣੀ ਹੈ। ਜਦੋਂ ਡਿਸਟ੍ਰੀਬਿਊਟਰ ਦੇ ਕੋਲ ਜਾਵੜੀ ਉਹ ਆਪਦਾ ਮਾਰਜਨ ਲਾ ਕੇ ਜਾਂ ਤਾਂ ਕੋਈ ਦਵਾਈ ਦਿੰਦਾ ਜਾਂ ਕੋਈ 200 ਰੁਪਈਆ ਗੱਟੇ ਮਗਰ ਦੇ ਕੇ ਅਤੇ ਸਾਨੂੰ ਮੜਦਾ। ਸੈਟੀਆਂ ਕਹਿੰਦੀਆਂ ਵੀ ਸਾਡੇ ਕੋਲ ਪੂਰਾ ਨਹੀਂ ਗਿਆ ਮਾਰਜਨ, ਅਤੇ 5 ਕਿੱਲੇ ਹੈ ਤਾਂ 5 ਹੀ ਦਿੰਦੇ ਉਹ ਗੱਟੇ, ਜਿਹੜੇ ਕਿਸੇ ਬੰਦੇ ਨੇ 15 ਕਿੱਲੇ ਠੇਕੇ 'ਤੇ ਲਏ ਆ ਜਾਂ ਕੁਛ ਹੋਰ ਕੁਛ ਵੇਚਣਾ ਤਾਂ ਉਹਨੂੰ 20 ਗੱਟੇ ਉਹ ਨਹੀਂ ਦਿੰਦੇ। ਕੀ ਮਸਲਾ ਕੀ ਹੈ ਅੱਜ? ਜੋ ਕੋਈ ਮਸਲਾ ਨਹੀਂ ਜੀ, ਡੀਏਪੀ ਦਾ ਰੈਕ ਪਲੇਸ ਹੋਇਆ ਕੋਟਕਪੁਰਾ ਰੇਲ ਹੈੱਡ 'ਤੇ, ਚੰਬਲ ਫਲਟੇ ਲਈ ਰੈਲ ਕੈਮੀਕਲ ਲਿਮਿਟਡ ਦਾ। ਮੈਂ ਪ੍ਰਵੀਨ ਜਿੰਦਲ, ਪ੍ਰੋਪਰਾਈਟਰ ਪ੍ਰਵੀਨ ਕੁਮਾਰ ਐਂਡ ਕੰਪਨੀ, ਇਸ ਨੂੰ ਹੋਲਡ ਕਰਦਾ, ਡਿਸਟ੍ਰੀਬਿਊਟਰ ਹੈ ਕੰਪਨੀ ਦਾ ਮੇਨ। ਇਹ ਜਿਹੜਾ ਰੈਕ ਹੈ ਅਰਾਊਂਡ 52,000 ਬੋਰੀ ਦਾ ਰੈਕ ਹੈ, ਜਿਹਦੇ ਵਿੱਚੋਂ 40,000 ਬੋਰੀ ਜਾਣੀ ਹੈ ਮਾਰਕ ਬੈੱਡ ਨੂੰ, 12,000 ਬੋਰੀ ਡਿਸਟ੍ਰਿਕਟ ਫਰੀਦਕੋਟ 'ਚ ਪ੍ਰਾਈਵੇਟ ਡੀਲਰਾਂ ਨੂੰ ਜਾਊਗੀ, ਔਰ ਸਾਰਾ ਦਾ ਸਾਰਾ ਮਟੀਰੀਅਲ ਕਿਸਾਨ ਯੂਨੀਅਨ ਦੀ ਸਹਿਮਤੀ ਨਾਲ 5-5 ਬੈਗ ਪਰ ਫਾਰਮਰ ਡਿਪਾਰਟਮੈਂਟ ਦੀ ਮੌਜੂਦਗੀ 'ਚ ਵੰਡੇ ਜਾਣਗੇ। ਕੋਈ ਵੀ ਦੁਕਾਨਦਾਰ ਆਪਣੀ ਮਰਜ਼ੀ ਨਾਲ ਇਹਨੂੰ ਸੇਲ ਨਹੀਂ ਕਰੂਗਾ, 1200 ਰੁਪਏ ਦਾ ਰੇਟ ਹੈ ਸਰਕਾਰੀ, 1200 ਰੇਟ 'ਚ ਹੀ ਸਪਲਾਈ ਕੀਤੀ ਹੈ।